ਮੈਨੂੰ ਹਾਈਸਟ ਹਰਨੀਆਂ ਸੀਗੀਆਂ, ਫਿਰ ਮੈਨੂੰ ਪ੍ਰੋਬਲਮ ਜ਼ਿਆਦਾ ਵੱਧ ਹੀ ਗਈ। ਮੈਂ ਇਹਨਾਂ ਨੂੰ ਮਿਲਿਆ ਅਤੇ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਮੈਨੂੰ ਓਪਰੇਟ ਕੀਤਾ। ਫਿਰ ਮੈਂ ਓਪਰੇਟ ਕਰਾਇਆ ਅਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਹੈ। ਜਦੋਂ ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਤਲਵਾੜੇ ਲਾਗੇ ਪਿੰਡ ਪੈਂਦਾ ਮੇਰਾ ਹਾਜੀਪੁਰ, ਮੈਨੂੰ ਹਾਈਸਟ ਹਰਨੀਆਂ ਸੀਗੀਆਂ ਤਕਰੀਬਨ 23 ਸਾਲ ਤੋਂ। ਮੈਂ ਬੜੇ ਡਾਕਟਰਾਂ ਕੋਲ ਗਿਆ, ਚੈੱਕਅਪ ਕਰਾਇਆ। ਡਾਕਟਰ ਦਵਾਈ ਤਾਂ ਦੇ ਦਿੰਦੇ ਸੀ ਪਰ ਓਪਰੇਟ ਕਰਨ ਦੀ ਸਲਾਹ ਅੱਜ ਦਿਨ ਤੱਕ ਕਿਸੇ ਨੇ ਨਹੀਂ ਦਿੱਤੀ। ਜੇ ਕੋਈ ਓਪਰੇਟ ਕਰਨ ਬਾਰੇ ਉਹਨਾਂ ਨੂੰ ਪੁੱਛਦੇ ਸੀ ਤਾਂ ਉਹ ਇਹੀ ਕਹਿੰਦੇ ਸੀ ਵੀ ਇਹ ਓਪਰੇਟ ਜਿਹੜਾ ਕਰਨਾ ਬੜਾ ਡਿਫੀਕਲਟ ਹੈ, ਇਹ ਪੇਟ ਦੀ ਪ੍ਰੋਬਲਮ ਹੈਗੀ ਹੈ, ਇਹਨੂੰ ਨਾ ਕਰਾਓ ਤਾਂ ਵਧੀਆ ਰਹੋਗੇ। ਫਿਰ ਮੈਨੂੰ ਪ੍ਰੋਬਲਮ ਜ਼ਿਆਦਾ ਵੱਧ ਹੀ ਗਈ। ਮੈਂ ਇੱਕ ਦਿਨ ਯੂਟਿਊਬ 'ਤੇ ਸਰਚ ਕੀਤਾ ਡਾਕਟਰ ਜਸਮੀਤ ਸਿੰਘ ਆਲੂਵਾਲੀਆ, ਉਹਨਾਂ ਦੇ ਮੈਂ ਪੂਰੇ ਵੀਡੀਓ ਦੇਖਿਆ ਸੁਣਿਆ। ਮੇਰਾ ਮਨ ਥੋੜ੍ਹਾ ਜਿਹਾ ਠੀਕ ਹੋਇਆ ਵੀ ਨਹੀਂ, ਇਹ ਡਾਕਟਰ ਸਾਹਿਬ ਵਧੀਆ ਆ, ਇਹ ਮੇਰਾ ਓਪਰੇਟ ਕਰਨਗੇ ਵਧੀਆ ਢੰਗ ਨਾਲ। ਮੈਂ ਇਹਨਾਂ ਨੂੰ ਮਿਲਿਆ ਅਤੇ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਮੈਨੂੰ ਓਪਰੇਟ ਕੀਤਾ। ਪਹਿਲਾਂ ਇਹਨਾਂ ਨਾਲ ਮੇਰੇ ਨਾਲ ਗੱਲਬਾਤ ਕੀਤੀ ਆ, ਉਹਦੇ ਵਿੱਚ ਮੈਨੂੰ ਪੂਰਾ ਇਹਨਾਂ ਨੇ ਤਸੱਲੀ ਕਰਾਈ ਵੀ ਤੇਰਾ ਓਪਰੇਟ ਵਧੀਆ ਹੋਏਗਾ। ਫਿਰ ਮੈਂ ਓਪਰੇਟ ਕਰਾਇਆ ਅਤੇ ਇਹ ਓਪਰੇਸ਼ਨ ਦੂਰਬੀਨ ਵਾਲਾ ਓਪਰੇਸ਼ਨ ਹੋਇਆ ਆ, ਬਿਲਕੁਲ ਛੋਟੇ ਛੋਟੇ ਕੱਟ ਲੱਗੇ ਆ ਇਹਦੇ ਨਾਲ, ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਹੈ। ਜਦੋਂ ਓਪਰੇਸ਼ਨ ਕਰਾ ਕੇ ਆਓ ਦੂਸਰੇ ਦਿਨ ਆਰਾਮ ਨਾਲ ਤੁਸੀਂ ਖੜ੍ਹੇ ਹੋ ਸਕਦੇ ਹੋ, ਘੁੰਮ ਫਿਰ ਸਕਦੇ ਹੋ, ਕੋਈ ਦਿੱਕਤ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਹੈ ਨਹੀਂ ਗੀ। ਅੱਜ ਮੈਨੂੰ ਪੂਰੇ 10 ਦਿਨ ਹੋ ਗਏ ਓਪਰੇਟ ਕਰਾਏ ਨੂੰ, ਮੈਨੂੰ ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੋਈ। ਇੱਥੋਂ ਦਾ ਸਟਾਫ ਬਹੁਤ ਵਧੀਆ ਆ, ਡਾਕਟਰ ਸਾਹਿਬ ਦੀ ਜੋ ਬੋਲਬਾਣੀ ਹੈ, ਸਟਾਫ ਦੀ ਵੀ ਬੋਲਬਾਣੀ ਬਹੁਤ ਵਧੀਆ ਹੈ, ਬਹੁਤ ਅੱਛਾ ਹੋਸਪਿਟਲ ਹੈ। ਜਿਹਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਚੈੱਕ ਕਰਾਓ, ਡਾਕਟਰ ਸਾਹਿਬ ਬਿਲਕੁਲ ਵਧੀਆ ਢੰਗ ਨਾਲ ਤੁਹਾਨੂੰ ਗਾਈਡ ਕਰਨਗੇ। ਠੀਕ ਹੈ ਜੀ, ਧੰਨਵਾਦ।